ਵਾਹਿਗੁਰੂ ਜੀ ਤੇਰੇ ਜ਼ੋਰ ਮੈਂ ਗੁੰਗਾ ਕਹਿਤਾ ਹਾਂ ਤੇਰਾ ਸਦਕਾ ਤੇਰੀ ਸ਼ਰਨ ਤੇਰੇ ਜ਼ੋਰ ਮੈਂ ਗੁੰਗਾ ਕਹਿਤਾ ਹਾਂ ਤੇਰਾ ਸਦਕਾ ਤੇਰੀ ਸ਼ਰਨ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋਹ ਕੇ ਰੋਹਲੇ ਮਾਂਗ ਦੇਸ਼ ਕੇ ਮੰਗੇਲੇ ਵੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੈ ਚੀਨ ਮਚੀਨ ਕੇ ਸੀਸ ਨਿਆਵੈ ਤਿਪਤੀ ਦਿਹਾਇ ਦੁੱਖ ਦੁੱਖ ਕੋ ਦਲਤ ਹੈ ਜਿਨੈ ਤੋਹ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਤਾਮ ਫਲ ਫੁੱਲ ਸਿਉਂ ਫਲਤ ਹੈ ਜਿਨੈ ਤੋਹ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਤਾਮ ਫਲ ਫੁੱਲ ਸਿਉਂ ਫਲਤ ਹੈ ਜੁਗਹ ਜੁਗਹ ਟਲ ਚੌਰ ਛਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜ਼ਰਾ ਹਜ਼ੂਰ ਸ਼ਬਦ ਗੁਰੂ ਪ੍ਰਤੱਖ ਗੁਰੂ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਕੀ ਸਾਜੀ ਨਿਵਾਜੀ ਪੈਰੀ ਸਾਧ ਸੰਗਤ ਜੀਓ ਸਾਹਿਬਾਂ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਇਸ ਸਟੇਜ 'ਤੇ ਬਿਰਾਜਮਾਨ ਪ੍ਰਸਿੱਧ ਢਾਡੀ ਸਿੰਘ ਭਾਈ ਤਰਸੇਮ ਸਿੰਘ ਜੀ ਮੋਰਾਵਾਲੀ ਹੋਰ ਪ੍ਰਮੁੱਖ ਹਸਤੀਆਂ ਇਸ ਸਟੇਜ 'ਤੇ ਬਿਰਾਜਮਾਨ ਹਨ ਕੁਛ ਬੋਲਣ ਤੋਂ ਪਹਿਲਾਂ ਬਾਜਾ ਵਾਲੇ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਫਤਿਹ ਦਾ ਨਾਰਾ ਬੁਲੰਦ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖਾਂ ਦੇ ਸਲਾਨਾ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ ਜਿੱਥੇ ਪੰਥ ਦੇ ਮਹਾਨ ਵਿਦਵਾਨਾਂ ਨੇ ਮਹਾਂਪੁਰਖਾਂ ਬਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਅੰਮ੍ਰਿਤਮਈ ਗੁਰਬਾਣੀ ਦੇ ਬੋਲ ਸੁਣਾਏ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬ੍ਰਹਮ ਗਿਆਨੀ ਸੰਤ ਮਹਾਂਪੁਰਖਾਂ ਦੇ ਤਿੰਨ ਲੱਖਣ ਦੱਸੇ ਹਨ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਪੇਖਾ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਤਿੰਨ ਲੱਛਣ ਇਹ ਤਿੰਨ ਗੁਣ ਜਿਸ ਵਿੱਚ ਹੋਣ ਉਹਨੂੰ ਮਹਾਂਪੁਰਖ ਬ੍ਰਹਮ ਗਿਆਨੀ ਆਖਿਆ ਗਿਆ ਹੈ ਮਨ ਸਾਚਾ ਮੁਖ ਸਾਚਾ ਕਹਿੰਦੇ ਹਨ ਬੰਦੇ ਦੇ ਮੁਖ ਦੇ ਤੇ ਸੱਚ ਹੁੰਦਾ ਕਈ ਵਾਰੀ ਪਰ ਹਿਰਦੇ ਵਿੱਚ ਕਪਟ ਹੁੰਦਾ ਕਈ ਬੰਦੇ ਇਹੋ ਜਿਹੇ ਹੁੰਦੇ ਹਿਰਦੇ ਵਿੱਚ ਸੱਚ ਹੁੰਦਾ ਜ਼ਬਾਨ ਤੋਂ ਝੂਠ ਬੋਲਦੇ ਪਰ ਕੋਈ ਬਖਸ਼ੀ ਹੋਈ ਰੂਹ ਇਹੋ ਜਿਹੀ ਹੁੰਦੀ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੁੰਦਾ ਜ਼ਬਾਨ 'ਤੇ ਵੀ ਸੱਚ ਹੁੰਦਾ ਫਿਰ ਉਹਨਾਂ ਦਾ ਇੱਕ ਵਾਹਿਗੁਰੂ ਪਰਮਾਤਮਾ 'ਤੇ ਨਿਸ਼ਚਾ ਹੁੰਦਾ ਅਤੇ ਇਹੋ ਜਿਹੇ ਬਖਸ਼ੀ ਹੋਈ ਰੂਹ ਇਹੋ ਜਿਹੇ ਬਖਸ਼ੇ ਹੋਏ ਰੱਬ ਦੇ ਪਿਆਰੇ ਫਿਰ ਆਪਣੇ ਜਿਗਿਆਸੂ ਨੂੰ ਆਪਣੇ ਪੰਥ ਨੂੰ ਆਪਣੇ ਜਿਹੜੇ ਸ਼ਰਧਾਲੂਆਂ ਨੂੰ ਉਸ ਵਾਹਿਗੁਰੂ ਪਰਮਾਤਮਾ ਨਾਲ ਜੋੜਦੇ ਅੱਜ ਆਪਾਂ ਜਿਨ੍ਹਾਂ ਦੀ ਬਰਸੀ ਯਾਦ ਵਿੱਚ ਜੁੜ ਕੇ ਬੈਠੇ ਹਾਂ ਸਤਿਕਾਰਯੋਗ ਸਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਵਾਹਿਗੁਰੂ ਪਰਮਾਤਮਾ ਦਾ ਸੱਚਾ ਨਾਮ ਸੀ
ਜ਼ਬਾਨ ਤੇ ਰਸਨਾ ਤੇ ਵੀ ਉਸ ਦਾ ਨਾਮ ਤੇ ਸਾਰੀ ਉਮਰ ਸੰਗਤਾਂ ਨੂੰ ਉਹਨਾਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਨਾਲ ਨਾਲ ਜੋੜਿਆ। ਅੱਜ ਕੋਈ ਦੁਨਿਆਵੀ ਮਨੁੱਖ ਹੁੰਦਾ ਤੇ ਆਪਣੇ ਪਿੱਛੇ ਚਲਾਉਂਦਾ, ਪਰ ਸਿੱਖ ਪੰਥ ਦੇ ਮਹਾਨ ਜਿਹੜੇ ਮਹਾਂਪੁਰਖ ਹਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਿਆ। ਮਹਾਂਪੁਰਖ ਇੱਥੋਂ ਸਟੇਟ ਦੇ ਸੁਣਾ ਰਹੇ ਸੀ, ਸੱਚਖੰਡ ਵਾਸੀ ਬਾਬਾ ਮਿਹਤ ਸਿੰਘ ਦਾ ਇਤਿਹਾਸ ਉਹਨਾਂ ਬਾਰੇ ਕੁਝ ਬੋਲ ਰਹੇ ਸਨ ਕਿ ਬਾਬਾ ਦਇਆ ਸਿੰਘ ਜੀ ਨੇ ਸੱਚਖੰਡ ਹਜ਼ੂਰ ਸਾਹਿਬ ਵਿਖੇ ਬਾਬਾ ਮਿਹਤ ਸਿੰਘ ਜੀ ਕੋਲ ਰਹਿ ਕੇ 1 ਸਾਲ ਵਿੱਦਿਆ ਪ੍ਰਾਪਤ ਕੀਤੀ। ਉਸੇ ਧਰਤੀ 'ਤੇ ਉਸੇ ਸਮੇਂ ਵਿੱਚ ਇੱਕ ਹੋਰ ਮਹਾਂਪੁਰਖ ਉੱਥੇ ਸੀ, ਹੁਣੇ ਹੁਣੇ ਗਿਆਨੀ ਰਣਜੀਤ ਸਿੰਘ ਜੀ, ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਬਾਰੇ ਕਹਿ ਰਹੇ ਸਨ। ਬਾਬਾ ਹਰਬੰਸ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੇ ਇਹ ਸਾਰੀ ਵਿੱਦਿਆ ਪ੍ਰਾਪਤ ਕੀਤੀ, ਕਾਰ ਸੇਵਾ ਦਾ ਜਿਹੜਾ ਚੋਲਾ ਸਿੱਖਿਆ ਲਈ, ਉਹ ਸੀ ਸੰਤ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ। ਜਿਵੇਂ ਬਾਬਾ ਦਇਆ ਸਿੰਘ ਜੀ ਨੇ ਸਾਰੀ ਉਮਰ ਪੰਥ ਨੂੰ, ਆਪਣੇ ਸ਼ਰਧਾਲੂਆਂ ਨੂੰ, ਸਿੱਖਾਂ ਨੂੰ ਉਪਦੇਸ਼ ਦਿੱਤਾ, ਗੁਰੂ ਗ੍ਰੰਥ ਸਾਹਿਬ ਮਹਾਰਨਾਲ ਨਾਲ ਜੋੜਿਆ, ਉਵੇਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਵਿੱਚ ਇੱਕ ਬਹੁਤ ਪਿਆਰੀ ਘਟਨਾ ਘਟੀ। ਜਿਸ ਵੇਲੇ ਹਜ਼ੂਰ ਸਾਹਿਬ ਦੇ ਧਰਤੀ 'ਤੇ ਸ਼ਿਕਾਰਘਾਟ ਦਾ ਜਿਹੜਾ ਪੁੱਲ ਸੀ ਉਹਦੀ ਕਾਰ ਸੇਵਾ ਪੂਰੀ ਹੋਈ, ਅਤੇ ਹਰੇਕ ਦਾ ਸੁਭਾਵ ਹੈ ਜਦੋਂ ਕੋਈ ਸੇਵਾ ਪੂਰੀ ਹੋ ਜਾਂਦੀ, ਕੋਈ ਕਾਰਜ ਪੂਰਾ ਹੁੰਦਾ ਅਤੇ ਉਦਘਾਟਨ ਵਾਸਤੇ ਕੋਈ ਵੱਡੇ ਮਨੁੱਖ ਨੂੰ ਬੁਲਾਇਆ ਜਾਂਦਾ, ਅਤੇ ਜਿਸ ਵੇਲੇ ਪੁੱਲ ਦੀ ਸੇਵਾ ਪੂਰੀ ਹੋਈ ਅਤੇ ਨਾਲੇ ਸੇਵਕ ਕਹਿਣ ਲੱਗੇ, ਬਾਬਾ ਜੀ ਹੁਣ ਪੁੱਲ ਦਾ ਆਪਾਂ ਉਦਘਾਟਨ ਕਰਨਾ, ਕੋਈ ਵੱਡੇ ਮਨੁੱਖ ਨੂੰ, ਕੋਈ ਲੀਡਰ ਰਾਜਨੇਤਾ ਨੂੰ ਬੁਲਾਈਏ। ਮਹਾਂਪੁਰਖਾਂ ਨੇ ਕਿਹਾ, ਠੀਕ ਆ, ਮੈਂ ਜਿਹਨੂੰ ਬੁਲਾਉਣਾ ਉਹਨੂੰ ਆਪੇ ਬੋਲ ਦੇਵਾਂਗਾ, ਇਹ ਫਲਾਨੀ ਤਰੀਕ ਨੂੰ ਉਸ ਪੁੱਲ ਦਾ ਉਦਘਾਟਨ ਹੋਣਾ, ਅਤੇ ਤਾਰੀਖ ਠੀਕ ਨਿਯਤ ਕਰ ਦਿੱਤੀ ਗਈ। ਸਮਾਂ ਨੇੜੇ ਆਉਣ ਲੱਗਾ, ਸੇਵਕ ਪੁੱਛਣ ਲੱਗੇ, ਮਹਾਂਪੁਰਖ ਆਪ ਜੀ ਨੇ ਕਿਹਨੂੰ ਬੁਲਾਇਆ, ਦੱਸ ਦੇ, ਇੱਕ ਵਾਰੀ ਉਹਨਾਂ ਨੂੰ ਯਾਦ ਕਰਾ ਦਈਏ, ਕਿਉਂਕਿ ਵੱਡੇ ਬੰਦੇ ਨੂੰ ਯਾਦ ਕਰਾਉਣਾ ਪੈਂਦਾ ਵਾਰ ਵਾਰ ਕਿਤੇ ਜਾਣਾ ਹੋਵੇ ਤੇ। ਮਹਾਂਪੁਰਖ ਕਹਿਣ ਲੱਗੇ, ਕੋਈ ਨਹੀਂ, ਉਹ ਸਮੇਂ 'ਤੇ ਪਹੁੰਚ ਜਾਣਗੇ, ਤੁਸੀਂ ਫਿਕਰ ਨਾ ਕਰੋ, ਮੈਂ ਜਿਹਨਾਂ ਨੂੰ ਬੋਲਣਾ ਸੀ ਉਹਨਾਂ ਨੂੰ ਬੋਲ ਦਿੱਤਾ। ਸਮਾਂ ਨੇੜੇ ਆ ਗਿਆ ਜੀ, ਜਿਸ ਵੇਲੇ ਪੁੱਲ ਦਾ ਉਦਘਾਟਨ ਹੋਣਾ ਸੀ, ਉਸ ਵੇਲੇ ਮਹਾਂਪੁਰਖ ਦੂਸਰੇ ਪਾਸੇ ਖੜ੍ਹੇ ਹੋ ਗਏ, ਕੁਝ ਸੰਗਤਾਂ ਸੇਵਕਾਂ ਨੂੰ ਨਾਲ ਲੈ ਕੇ। ਉਸੇ ਵੇਲੇ ਸਾਹਮਣੇ ਤੋਂ ਸੰਗਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਲੈ ਕੇ ਸ਼ਬਦ ਪੜ੍ਹਦੇ ਆ ਰਹੇ ਸਨ, ਜਿੱਥੇ ਜਾ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿਸ ਵੇਲੇ ਮਹਾਰਾਜ ਦਾ ਅਸਵਾਰਾ ਪੁੱਲ ਤੋਂ ਲੰਘਿਆ, ਬਾਬਾ ਜੀਵਨ ਸਿੰਘ ਜੀ ਨੇ ਜੈਕਾਰਾ ਛੱਡ ਦਿੱਤਾ ਅਤੇ ਆਖਿਆ, ਜਿਹਨੂੰ ਬੁਲਾਉਣਾ ਸੀ ਮੈਂ ਬੁਲਾ ਦਿੱਤਾ, ਉਦਘਾਟਨ ਹੋ ਗਿਆ। ਮਹਾਂਪੁਰਖਾਂ ਨੇ ਆਖਿਆ, ਉਸ ਵੇਲੇ ਪੰਕਤੀ ਸੁਣਾਈ ਕਿ ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਮਹਾਂਪੁਰਖਾਂ ਨੇ ਆਖਿਆ, ਇਸ ਤੋਂ ਵੱਡਾ ਕੋਈ ਸੰਸਾਰ ਵਿੱਚ ਰਾਜਾ ਨਹੀਂ ਹੈ। ਸਾਧ ਸੰਗਤ ਜੀ, ਇਹ ਗੱਲ ਸੱਚ ਹੈ, ਗੁਰਬਾਣੀ ਦੇ ਅਮਰ ਵਾਕ ਹਨ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਉਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਤੱਖ ਰੱਬ ਕਰਕੇ ਪੂਜਿਆ, ਰੱਬ ਕਰਕੇ ਮੰਨਿਆ, ਬਾਣੀ ਪੜ੍ਹੀ, ਉਹਦਾ ਪ੍ਰਚਾਰ ਪ੍ਰਸਾਰ ਕੀਤਾ, ਉਹਨਾਂ ਦਾ ਅੱਜ ਸੰਸਾਰ ਵਿੱਚ ਜੈ ਜੈਕਾਰ ਹੈ। ਦਸਮ ਦੇ ਬਾਣੀ ਦਾ ਮੈਂ ਮੰਗਲਾਚਰਨ ਕੀਤਾ, ਉਹਦੀ ਪੰਕਤੀ ਸੀ, ਜਿਨ੍ਹਾਂ ਤੋਂ ਇਹ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੁੱਲ ਸਿਉ ਫਲਤ ਹੈ। ਵੇਖੋ ਉਹਦਾ ਇਹ ਪ੍ਰਤੱਖ ਨਜ਼ਾਰਾ ਹੈ। ਅੱਜ ਆਪਾਂ ਇੱਥੇ ਮਹਾਂਪੁਰਖਾਂ ਦੇ ਅਸਥਾਨ 'ਤੇ ਬੈਠੇ ਹਾਂ, ਵੇਖੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਸੰਸਾਰ ਦਾ ਕੋਈ ਆਮ ਮਨੁੱਖ ਕਿੰਨਾ ਵੀ ਧਨਵਾਨ ਹੋਵੇ, ਕਿੰਨਾ ਵੀ ਵੱਡਾ ਹੋਵੇ, 1 ਸਾਲ 2 ਸਾਲ ਉਹਦੇ ਦਿਹਾੜੇ ਮਨਾਏ ਜਾਂਦੇ, ਪਰ ਰੌਣਕ ਹੌਲੀ ਹੌਲੀ ਘੱਟਦੀ ਘੱਟਦੀ ਘੱਟ ਜਾਂਦੀ, ਪਰ ਇੱਥੇ ਤਾਂ ਦਿਨੋਂ ਦਿਨ ਚੜ੍ਹਦੀ ਕਲਾ ਹੋ ਰਹੀ। ਇਹ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਹੈ। ਅਤੇ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਹਾਂ, ਉਹਨਾਂ ਮਹਾਂਪੁਰਖਾਂ ਨੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਦੀਆਂ ਪੈਦਲ ਯਾਤਰਾਵਾਂ ਕੀਤੀਆਂ। ਉਸ ਸਮੇਂ ਵਿੱਚ ਜਿਸ ਵੇਲੇ ਕੋਈ ਸਾਧਨ ਨਹੀਂ ਸੀ, ਸਟੇਟ ਤੋਂ ਗੁਰਮੁਖ ਪਿਆਰੇ
ਕਹਿ ਰਹੇ ਸੀ ਕਿ ਹਜ਼ੂਰ ਸਾਹਿਬ ਤੋਂ ਪੈਦਲ ਸਿੰਘਾਂ ਦਾ ਜੱਥਾ ਆਇਆ। ਵੇਖੋ ਅੱਜ ਸਾਰੇ ਸਾਧਨ ਹੋਣ ਤੋਂ ਬਾਅਦ ਵੀ ਉਹ ਸਿੰਘ ਇੰਨੀ ਮਿਹਨਤ ਕਰਕੇ 40 ਦਿਨਾਂ ਵਿੱਚ ਪੈਦਲ ਚੱਲ ਕੇ ਇੱਥੇ ਪਹੁੰਚੇ, ਇਹ ਸ਼ਰਧਾ ਦੀ ਨਿਸ਼ਾਨੀ ਹੈ। ਅਤੇ ਬਾਬਾ ਦਇਆ ਸਿੰਘ ਜੀ ਜਿਸ ਵੇਲੇ ਹਜ਼ੂਰ ਸਾਹਿਬ ਪੈਦਲ ਯਾਤਰਾ ਪਹੁੰਚੇ ਸਨ, ਉਸ ਵੇਲੇ ਸੱਚਖੰਡ ਹਜ਼ੂਰ ਸਾਹਿਬ ਦੇ ਮੁੱਖ ਪੁਜਾਰੀ ਹੈਡ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ, ਉਹ ਆਪ ਉਹਨਾਂ ਨੂੰ ਅੱਗੇ ਲੈਣ ਵਾਸਤੇ ਗਏ ਅਤੇ ਆਦਰ ਸਤਿਕਾਰ ਇਹੋ ਜਿਹਾ ਕੀਤਾ। ਮਹਾਂਪੁਰਖ ਸਾਰੀ ਉਮਰ ਉਹਨਾਂ ਨੂੰ ਯਾਦ ਕਰਦੇ ਸਨ। ਅੱਜ ਬਾਬਾ ਜੀ ਦੇ ਘਰ ਵਿੱਚ ਉਹਨਾਂ ਦੀ ਤਸਵੀਰ ਵੀ ਲੱਗੀ ਹੋਈ ਜਦੋਂ ਸਨਮਾਨ ਕੀਤਾ ਸੀ। ਉਸੇ ਤਰ੍ਹਾਂ ਬਾਬਾ ਹਜ਼ੂਰਾ ਸਿੰਘ ਜੀ ਨਾਲ ਵੀ ਉਹਨਾਂ ਦਾ ਪ੍ਰੇਮ ਰਿਹਾ। ਹੁਣ ਮੌਜੂਦਾ ਮਹਾਂਪੁਰਖ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨਾਲ ਵੀ ਇਸ ਪਰਿਵਾਰ ਦਾ ਬਹੁਤ ਮੇਲ ਜੋੜ ਹੈ, ਪਿਆਰ ਹੈ। ਇਸੇ ਕਰਕੇ ਇਸ ਬਰਸੀ ਦੇ ਸਮਾਗਮ 'ਤੇ ਹਜ਼ੂਰੀ ਫੌਜਾਂ ਹਜ਼ੂਰੀ ਖਾਲਸਾ ਵੱਧ ਚੜ ਕੇ ਪਹੁੰਚਦਾ। ਇਸ ਸਾਲ ਵੀ ਤਕਰੀਬਨ 100 ਸਿੰਘਾਂ ਦਾ ਜਥੇ ਇੱਥੇ ਪਹੁੰਚਿਆ ਹੈ, ਇਸ ਮਹਾਂਪੁਰਖਾਂ ਦੇ ਯਾਦ ਨੂੰ ਮਨਾਉਣ ਵਾਸਤੇ, ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਮੌਜੂਦਾ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਜੋ ਚੜ੍ਹਦੀ ਕਲਾ ਵਿੱਚ ਇਸ ਜਥੇ ਦੀ ਦਲ ਪੰਥ ਦੀ ਅਗਵਾਈ ਕਰ ਰਹੇ ਹਨ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਮਹਾਂਪੁਰਖਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣ। ਹੋਰ ਚੜ੍ਹਦੀ ਕਲਾ ਵਿੱਚ ਆਪ ਜੀ ਦੇ ਅਸਥਾਨਾਂ ਦੀ, ਗੁਰੂ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ਣ। ਜਥੇਦਾਰ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਹੁਕਮ ਸੀ ਕਿ ਮਹਾਂਪੁਰਖਾਂ ਦੇ ਸਾਲਾਨਾ ਬਰਸੀ 'ਤੇ ਜਾ ਕੇ ਹਾਜ਼ਰੀ ਲਾਉਣ ਦਾ ਹੁਕਮ ਹੋਇਆ। ਸੋ ਜਥੇ ਸਣੇ ਹਜ਼ੂਰੀ ਫੌਜ ਇੱਥੇ ਪਹੁੰਚੀ ਹੋਈ ਹੈ, ਉਹਨਾਂ ਦੀ ਵੀ ਹਾਜ਼ਰੀ ਪ੍ਰਵਾਨ ਕਰਨੀ, ਉਹਨਾਂ ਦੀ ਵੀ ਸ਼ਰਧਾ ਦੇ ਫੁੱਲ, ਜਿਹੜੀ ਸ਼ਰਧਾ ਉਹ ਪੇੜ ਪ੍ਰਵਾਨ ਕਰਨੀ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਸਾਰੇ ਗਜਵਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।